ਸਾਸ਼ਾ ਗੱਲ ਦੇ ਸਾਰਿਆਂ ਨੂੰ ਆਪ ਸਭ ਜੀ ਦਾ ਸਵਾਗਤ ਹੈ ਸੋ ਪਿਆਰੇ ਦੋਸਤੋ ਹਾਜ਼ਰ ਹੋਏ ਅੱਜ ਦੀ ਵੱਡੀ ਅਪਡੇਟ ਦੇ ਨਾਲ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਹੁਦੇ ਦੇ ਬਜੋਂ ਅੱਜ ਸੌਹ ਚੁੱਕੀ ਹੈ ਸੋ ਦੋਸਤੋ ਇਸ ਮੌਕੇ ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ कौर ਦਾ ਬਹੁਤ ਹੀ ਵੱਡਾ ਜੋ ਬਿਆਨ ਹੈ ਸਾਹਮਣੇ ਆਇਆ ਹੈ ਆਪ ਜੀ ਨੂੰ ਦੱਸ ਦਈਏ ਦੋਸਤੋ ਕਿ 2015 ਦੇ ਵਿੱਚ ਭਗਵੰਤ ਮਾਨ ਦਾ ਉਹਨਾਂ ਦੀ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ ਦੋਸਤੋ ਉਹਨਾਂ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚ ਇੱਕ ਲੜਕਾ ਹੈ ਜੋ ਕਿ 18 ਸਾਲਾਂ ਦਾ ਹੈ ਤੇ ਲੜਕੀ ਜੋ ਹੈ 21 ਸਾਲਾਂ ਦੀ ਹੈ ਸੋ ਦੋਸਤੋ ਉਹਨਾਂ ਦੇ ਦੋਨੋਂ ਬੱਚੇ ਜੋ ਹਨ ਉਹਨਾਂ ਦੀ ਪਤਨੀ ਦੇ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ ਸੋ ਦੋਸਤੋ ਇਸ ਮੌਕੇ ਦੇ ਉੱਪਰ ਅੱਜ ਭਗਵੰਤ ਮਾਨ ਦਾ ਜੋ ਸਾਰਾ ਪਰਿਵਾਰ ਹੈ ਉਹਨਾਂ ਦੇ ਨਾਲ ਹੈ ਉਹਨਾਂ ਦੇ ਜੋ ਦੋਨੋਂ ਬੱਚੇ ਹਨ ਉਹ ਭਗਵੰਤ ਮਾਨ ਦੇ ਕੋਲੇ ਸੌਂਚ ਸਮਾਗਮ ਦੇ ਵਿੱਚ ਪਹੁੰਚ ਚੁੱਕੇ ਹਨ ਅਤੇ ਦੋਸਤੋ ਉਹਨਾਂ ਦੀ ਜੋ ਪਤਨੀ ਹੈ ਉਹਨਾਂ ਨੇ ਵੀ ਆਪਣਾ ਜੋ ਵੱਡਾ ਬਿਆਨ ਦਿੱਤਾ ਹੈ ਦੋਸਤੋ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਵੱਖ ਹੋ ਜਾਣ ਨੂੰ ਤਾਂ ਕਾਫੀ ਸਮਾਂ ਹੋ ਗਿਆ ਹੈ ਪਰ ਅੰਦਰੋਂ ਅਸੀਂ ਹਲੇ ਵੀ ਜੁੜੇ ਹੋਏ ਹਾਂ ਕੁਝ ਨਿੱਜੀ ਕਾਰਨਾ ਕਰਕੇ ਸਾਨੂੰ ਵੱਖ ਹੋਣਾ ਪਿਆ ਸੀ ਪਰ ਹਲੇ ਵੀ ਅੰਦਰੋਂ ਮੈਂ ਭਗਵੰਤ ਮਾਨ ਦੇ ਲਈ ਹਮੇਸ਼ਾ ਅਰਦਾਸ ਕਰਦੀ ਹਾਂ ਤੇ ਪ੍ਰਮਾਤਮਾ ਅੱਗੇ ਭਗਵੰਤ ਮਾਨ ਦੀ ਸੁਖ ਸ਼ਾਂਤੀ ਦੇ ਲਈ ਅਤੇ ਤਰੱਕੀ ਦੇ ਲਈ ਹਮੇਸ਼ਾ ਅਰਦਾਸ ਕਰਦੀ ਰਹਿੰਦੀ ਹਾਂ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਅਸੀਂ ਇੱਕ ਦੂਜੇ ਤੋਂ ਦੂਰ ਰਹਿੰਦੇ ਹਾਂ ਪਰ ਸਾਡੇ ਮਨ ਹਲੇ ਵੀ ਇੱਕ ਹੀ ਹਨ ਉਹਨਾਂ ਨੇ ਕਿਹਾ ਹੈ ਕਿ ਮੈਂ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੇ ਬਹੁਤ ਹੀ ਖੁਸ਼ ਹੋਈ ਹਾਂ ਕਿਉਂਕਿ ਬਹੁਤ ਸਾਲ ਹੋ ਗਏ ਹਨ ਉਹ ਆਪਣੀ ਜੋ ਸੇਵਾ ਹੈ ਬਹੁਤ ਨੋ ਮਨੋ ਨਿਵਾ ਰਹੇ ਹਨ ਤੇ ਉਹਨਾਂ ਨੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ ਤੇ ਨਾਲ ਹੀ ਉਹਨਾਂ ਦੇ ਜੋ ਬੱਚੇ ਹਨ ਅਮਰੀਕਾ ਤੋਂ ਸਪੈਸ਼ਲ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਬਣਨ ਦੇ ਮੌਕੇ ਤੇ ਸਾਂਝ ਚੁੱਕ ਸਮਾਗਮ ਦੇ ਵਿੱਚ ਪਹੁੰਚੇ ਹਨ ਸੋ ਇਸ ਸਮੇਂ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਹੈ ਇਸ ਦੇ ਨਾਲ ਉਹਨਾਂ ਦੀ ਖੁਸ਼ੀ ਹੈ ਹੋਰ ਦੁੱਗਣੀ ਹੋ ਗਈ ਹੈ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਹੋਰ ਅਪਡੇਟਸ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ